ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਸਾਡੇ ਯੂਟਿਊਬ ਚੈਨਲ 'ਤੇ। ਅੱਜ ਵੀ ਅਸੀਂ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ, ਬਹੁਤ ਹੀ ਖਾਸ ਟੋਪਿਕ ਹੈ। 10 ਲੜਾਂ ਵਾਲੀ ਪਟਿਆਲੀ ਪੱਗ, ਜਿਹਦਾ ਕਿ ਬਹੁਤ ਹੀ ਜ਼ਿਆਦਾ ਕਰੇਜ਼ ਚੱਲ ਰਿਹਾ ਹੈ, ਉਹ ਪੱਗ ਦੀ ਅਸੀਂ ਵੀਡੀਓ ਲੈ ਕੇ ਆਏ ਹਾਂ। ਉਮੀਦ ਕਰਦੇ ਜਿਹੜੀ ਵੀਡੀਓ ਸਭ ਨੂੰ ਪਸੰਦ ਆਊਗੀ। ਸਭ ਤੋਂ ਪਹਿਲਾਂ ਵੀਰੇ, ਜਿਹੜੇ ਆਪਾਂ ਨੇ 1 ਲੜ ਦੇ ਜਿਹੜਾ 2 ਲੜ ਬਣਾ ਲੈਣੇ ਨੇ, ਤੁਸੀਂ ਦੇਖ ਸਕਦੇ ਹੋ ਹੱਥਾਂ 'ਚ ਬੀਸ਼ਣ। ਪਹਿਲਾਂ ਆਪਾਂ ਨੇ ਲੜ ਜਿਹੜਾ ਪੂਰਾ ਖੋਲ੍ਹ ਲੈਣਾ, ਉਸ ਤੋਂ ਬਾਅਦ ਹਲਕਾ ਜਿਹਾ ਅੰਦਰ ਨੂੰ ਫੋਲਡ ਕਰਨਾ ਹੈ, ਅਤੇ ਉਸਨੂੰ ਜਿਹੜਾ ਆਪਾਂ ਨੇ ਥੋੜ੍ਹਾ ਜਿਹਾ ਗੱਬੋ ਹੀ ਫੜ ਕੇ ਉਸਦੇ 2 ਲੜ ਬਣਾਉਣੇ ਨੇ। ਇਹ ਵੀਰੇ ਜਿਹੜੇ ਪੱਗ ਦਾ ਤਰੀਕਾ ਹੈ, 2 ਲੜ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਦੱਸਿਆ ਗਿਆ ਹੈ। ਉਮੀਦ ਹੈ ਜਿਹੜਾ ਤੁਹਾਨੂੰ ਬਹੁਤ ਹੀ ਸੌਖਾ ਲੱਗੇਗਾ ਅਤੇ ਬਹੁਤ ਹੀ ਵਧੀਆ ਤਰੀਕਾ ਲੱਗੇਗਾ। ਬਾਕੀ ਵੀਰੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ, ਇੱਕ ਤੁਹਾਡੇ ਅੱਗੇ ਹੱਥ ਬੰਨ ਕੇ ਰਿਕੁਐਸਟ ਹੈ ਵੀਰੇ ਕਿ ਜਿਹੜੀ ਸਾਡੀ ਵੀਡੀਓ ਹੈ ਇਹਨੂੰ ਪੂਰਾ ਦੇਖਿਆ ਕਰੋ। ਵੀਡੀਓ ਪੂਰਾ ਦੇਖਣ ਨਾਲ ਵੀਰੇ ਇਹ ਤੁਹਾਡਾ ਇਹ ਫਾਇਦਾ ਹੋਏਗਾ ਕਿ ਜਿਵੇਂ ਤੁਸੀਂ ਕੋਈ ਵੀ ਗਲਤੀ ਕਰਦੇ ਹੋ ਤੁਹਾਨੂੰ ਨਾਲ ਦੇ ਨਾਲ ਪਤਾ ਲੱਗਦੀ ਰਹੂਗੀ ਵੀਡੀਓ ਵਿੱਚ, ਕਿਉਂਕਿ ਅਸੀਂ ਜਿਹੜੀ ਟਿਪਸ ਆ ਤੁਹਾਨੂੰ ਨਾਲ ਦੇ ਨਾਲ ਬੋਲ ਕੇ ਦੱਸ ਰਹੇ ਹਾਂ। ਜੇਕਰ ਵੀਰੇ ਵੀਡੀਓ ਤੁਸੀਂ ਪੂਰਾ ਨਹੀਂ ਦੇਖੋਗੇ ਤਾਂ ਤੁਹਾਨੂੰ ਬਾਅਦ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ, ਅਤੇ ਤੁਸੀਂ ਫਿਰ ਉਹਨੂੰ ਦੁਬਾਰਾ ਵੀਡੀਓ ਦੇਖੋਗੇ, ਉਹੀ ਤੁਹਾਡਾ ਟਾਈਮ ਹੀ ਪਾ ਸਕਦਾ। ਤੁਸੀਂ ਇੱਕ ਵਾਰੀ ਵੀਡੀਓ ਜਦੋਂ ਦੇਖਦੇ ਵੀਰੇ, ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ। ਜਿੰਨੇ ਵੀ ਮਿੰਟ ਦੀ ਵੀਡੀਓ ਹੁੰਦੀ ਹੈ, ਜੇ ਸਾਡੀ 15 ਮਿੰਟ ਦੀ ਹੈ, 10 ਦੀ ਹੈ, ਜਿੰਨੇ ਵੀ ਮਿੰਟ ਦੀ ਵੀਡੀਓ ਹੁੰਦੀ ਹੈ, ਪੂਰਾ ਦੇਖਿਆ ਕਰੋ ਵੀਰੇ। ਤੁਹਾਡਾ ਇਹ 'ਚ ਫਾਇਦਾ, ਕਿਉਂਕਿ ਜਿਹੜੀ ਅਸੀਂ ਟਿਪਸ ਦੇ ਰਹੇ ਹਾਂ ਉਹ ਬੇਕਾਰ ਨਹੀਂ ਜਾਣੀ ਚਾਹੀਦੀ, ਕਿਉਂਕਿ ਜੇ ਤੁਹਾਡਾ ਫਾਇਦਾ ਹੋਊਗਾ ਤਾਂ ਹੀ ਅਸੀਂ ਟਿਪਸ ਦੇਵਾਂਗੇ। ਬਾਕੀ ਜਿਹੜਾ ਆਪਾਂ ਨੇ ਉੱਪਰ ਦੇ ਲੜਾਂ, ਜਿਹੜੀ ਪਹਿਲਾਂ ਲੜਾਂ ਤੁਸੀਂ ਦੇਖ ਸਕਦੇ ਹੋ, ਆਪਾਂ ਨੇ ਉੱਪਰ ਵੱਲ ਨੂੰ ਰੱਖ ਕੇ ਇਸ ਦੇ ਜਿਹੜੇ ਹੁਣ 2 ਲੜ ਬਣਾਉਣੇ ਨੇ। 2 ਲੜ ਬਣਾਉਣ ਲਈ ਇਹ ਸਭ ਤੋਂ ਸੌਖਾ ਤਰੀਕਾ ਹੈ ਵੀਰੇ, ਇਹ ਗੱਬੋ ਵਾਲੀ ਲੜ ਨੂੰ ਪਹਿਲਾਂ ਚੱਕਣਾ ਹੈ, ਅਤੇ ਜਿਹੜੀ ਆਪਣੇ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਆਪਾਂ ਨੇ ਜਿਹੜਾ ਲੜ ਬਣਾਉਣਾ ਹੈ। ਤੁਸੀਂ ਦੇਖ ਸਕਦੇ ਹੋ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਵੀਡੀਓ ਵਿੱਚ ਹੱਥਾਂ ਦੀ ਪੋਜੀਸ਼ਨ। ਉਸ ਤੋਂ ਬਾਅਦ ਜਿਹੜਾ ਥੱਲੇ ਵਾਲਾ ਲੜ ਹੈ ਉਸ ਨੂੰ ਆਪਾਂ ਨੇ ਅੰਗੂਠੇ ਦੀ ਮਦਦ ਨਾਲ ਚੱਕਣਾ ਹੈ। ਹੁਣ ਜਿਹੜਾ ਆਪਣਾ ਉੱਪਰ ਵਾਲਾ ਲੜ ਹੈ ਤਿਆਰ ਹੋ ਚੁੱਕਾ ਹੈ, ਹੁਣ ਆਪਾਂ ਨੇ ਇਹਨੂੰ ਸਿੰਪਲੀ ਅੰਗੂਠੇ ਦੀ ਮਦਦ ਨਾਲ ਥੋੜ੍ਹਾ ਜਿਹਾ ਚੱਕ ਲੈਣਾ ਹੈ ਅਤੇ ਨਾਲ ਲਗਾ ਲੈਣਾ ਹੈ। ਜਿੱਦਾਂ ਦਾ ਵੀ ਤੁਹਾਡਾ ਲੜ ਬਣਦਾ ਹੈ ਉਸ ਤੁਸੀਂ ਉਸ ਤਰੀਕੇ ਨਾਲ ਲਗਾ ਸਕਦੇ ਹੋ, ਕਿਉਂਕਿ ਬਾਅਦ ਵਿੱਚ ਆਪਾਂ ਜਿਹੜੇ ਲੜ ਨੇ ਇਹ ਆਪਾਂ ਬਾਜ ਦੇ ਨਾਲ ਵੀ ਸੈੱਟ ਕਰ ਸਕਦੇ ਹਾਂ। ਤੁਸੀਂ ਜਮਾਂ ਹੀ ਨਾਲ ਕਰਕੇ ਵੀ ਲੜ ਲਗਾ ਸਕਦੇ ਹੋ, ਇਸ 'ਚ ਤੁਹਾਡਾ ਵੀ ਫਾਇਦਾ ਹੈ, ਕਿਉਂਕਿ ਬਾਅਦ ਵਿੱਚ ਜਦੋਂ ਆਪਾਂ ਬਾਜ ਮਾਰਾਂਗੇ ਤਾਂ ਜਿਹੜੇ ਆਪਣੇ ਲੜ ਨੇ ਉਹ ਹੋਰ ਜਿਹੜੇ ਵਧੀਆ 3D ਦੀ ਪੋਜੀਸ਼ਨ 'ਚ ਆ ਜਾਣਗੇ। ਹੁਣ ਤੁਸੀਂ ਬਾਜ ਦੀ ਮਦਦ ਤੁਸੀਂ ਦੇਖ ਸਕਦੇ ਹੋ ਕਿਵੇਂ ਲੈਣੀ ਹੈ। ਪਹਿਲਾਂ ਆਪਾਂ ਨੇ ਥੱਲੇ ਵੱਲ ਨੂੰ ਬਾਜ ਮਾਰਨਾ ਹੈ, ਫਿਰ ਉੱਪਰ ਵੱਲ ਨੂੰ ਲੈ ਕੇ ਆਉਣਾ ਹੈ। ਜੇਕਰ ਵੀਰੇ ਤੁਸੀਂ ਸਿੱਧਾ ਹੀ ਆਵਾਜ਼ ਮਾਰਨਾ ਸਟਾਰਟ ਕਰ ਦਿੰਦੇ ਹੋ ਉੱਪਰੋਂ ਲੈ ਕੇ ਥੱਲੇ ਤੱਕ, ਔਰ ਜਿਹੜਾ ਗਲਤ ਤਰੀਕਾ ਹੈ, ਪਹਿਲਾਂ ਆਪਾਂ ਨੇ ਥੱਲੋਂ ਲੈ ਕੇ ਆਉਣਾ। ਇਹ ਵਾਲੀ ਪੱਗ ਵਿੱਚ ਇਹ ਖਾਸ ਤਰੀਕਾ ਹੁੰਦਾ ਹੈ, ਥੱਲੋਂ ਦੀ ਉੱਪਰ ਵੱਲ ਨੂੰ ਲੈ ਕੇ ਆਉਣਾ ਹੁੰਦਾ ਹੈ। ਪਟਿਆਲਾ ਸ਼ਾਹੀ ਪੱਗ ਵਿੱਚ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਇਹ ਸਿੰਪਲ ਪਟਿਆਲਾ ਸ਼ਾਹੀ ਪੱਗ ਨਹੀਂ ਹੈਗੀ ਵੀਰੇ, ਇਹ 10 ਲੜਾਂ ਵਾਲੀ ਪਟਿਆਲਾ ਸ਼ਾਹੀ ਪੱਗ ਹੈ, ਜਿਸ ਨੂੰ ਕਈ ਵੀ ਅੰਮ੍ਰਿਤਸਰ ਸ਼ਾਹੀ ਵੀ ਕਹਿ ਦਿੰਦੇ ਨੇ। ਤੁਸੀਂ ਦੇਖ ਸਕਦੇ ਹੋ ਬਾਜ ਨਾਲ ਆਪਾਂ ਨੇ ਜਿਹੜਾ ਲੜ ਨੇ ਬਿਲਕੁਲ ਸਾਫ਼ ਕਰ ਲਏ ਨੇ। ਹੁਣ ਤੁਸੀਂ ਹੱਥ ਦੀ ਮਜੀਸ਼ਨ ਨਾਲ ਵੀ ਥੋੜ੍ਹੇ ਬਹੁਤ ਲੜ ਜਿਹੜੇ ਸਾਫ਼ ਕਰ ਸਕਦੇ ਹੋ। ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ 2 ਲੜ ਨੇ ਉਸ 'ਚ ਆਪਾਂ ਨੇ 4 ਲੜ ਜਿਹੜੇ ਬਣਾ ਲਏ ਨੇ। 10 ਲੜਾਂ ਵਾਲੀ ਵੱਗ ਹੈ ਆਪਣੀ, 4 ਲੜ ਜਿਹੜੇ ਆਪਣੇ ਮਤਲਬ ਜਿਹੜੇ ਗਿਣਤੀ ਦੇ ਉਹ ਪੈ ਚੁੱਕੇ ਨੇ। ਹੁਣ ਆਪਾਂ ਇਹਨਾਂ ਨੂੰ ਹਲਕਾ ਹਲਕਾ ਹੱਥ ਫੇਰ ਕੇ ਜਿਹੜਾ 3D ਕਰ ਸਕਦੇ ਹਾਂ। ਫਿਲਹਾਲ ਤੁਸੀਂ ਥੋੜ੍ਹੇ ਥੋੜ੍ਹੇ 3D ਕਰ ਸਕਦੇ ਹੋ, ਬਾਅਦ ਵਿੱਚ ਜਦੋਂ ਪੱਗ ਪੂਰੀ ਬੰਨੀ ਜਾਂਦੀ ਹੈ ਉਸ ਟਾਈਮ ਜ਼ਿਆਦਾ ਕਰ ਸਕਦੇ ਹੋ, ਕਿਉਂਕਿ ਉਸ ਟਾਈਮ ਥੋੜ੍ਹੀ ਪੱਗ ਜਿਹੜੀ ਆਪਣੀ ਵਧੀਆ ਹੋ ਚੁੱਕੀ ਹੁੰਦੀ ਹੈ। ਬਾਕੀ ਵੀਰੇ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ, ਜੇਕਰ ਤੁਸੀਂ ਸਾਡੇ ਚੈਨਲ 'ਤੇ ਹਲੇ ਤੱਕ ਵਿਜ਼ਿਟ ਨਹੀਂ ਕੀਤਾ, ਜੇ ਤੁਹਾਨੂੰ ਹਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤਾਂ ਵੀਰੇ ਜਿਹੜਾ ਲਾਲ ਕਲਰ ਦਾ ਬਟਨ ਹੈ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਨਾਲ ਹੀ ਜਿਹੜੀ ਬੈਲ ਆਈਕਨ ਹੈ ਉਹਨੂੰ ਵੀ ਪ੍ਰੈਸ ਕਰ ਦਿਓ, ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ। ਹੁਣ ਆਪਾਂ ਨੇ ਜਿਹੜਾ ਉੱਪਰਲੇ ਲੜਾਂ 'ਚੋਂ ਦੂਜਾ ਲੜ ਹੈ, ਇਸ 'ਚੋਂ ਵੀ ਉਸ ਤਰੀਕੇ ਨਾਲ ਜਿਹੜਾ ਲੜ ਬਣਾਉਣੇ ਨੇ। ਤੁਸੀਂ ਦੇਖ ਸਕਦੇ ਹੋ ਆਪਾਂ ਨੇ ਗੱਬੋਂ ਦੀ ਲੜ ਨੂੰ ਫੜਿਆ ਹੈ, ਗੱਬੋਂ ਦੀ ਲੜ ਨੂੰ ਫੜਦੇ ਹੋਏ ਆਪਾਂ ਨੇ ਜਿਹੜਾ ਮੋਟਾ ਕਰਦੇ ਜਾਣਾ ਹੈ ਲੜ ਨੂੰ। ਜਿਹੜਾ ਆਪਣਾ ਉੱਪਰ ਵਾਲਾ ਲੜ ਹੈ ਤੁਸੀਂ ਦੇਖ ਸਕਦੇ ਹੋ ਬਣ ਕੇ ਜਿਹੜਾ ਤਿਆਰ ਹੋ ਚੁੱਕਾ ਹੈ। ਹੁਣ ਆਪਾਂ ਜਿਹੜੀ ਆ ਉਂਗਲ ਦੀ ਮਦਦ ਨਾਲ ਨੱਕ ਦੀ ਸੀਰ ਵਿੱਚੋਂ ਥੱਲੇ ਵਾਲਾ ਲੜ ਚੱਕਣਾ ਹੈ। ਅੰਗੂਠੇ ਦੀ ਮਦਦ ਨਾਲ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਤੁਹਾਨੂੰ ਵੀਡੀਓ ਵਿੱਚ ਐਂਕਲ ਦਿਖਾਇਆ ਜਾ ਰਿਹਾ, ਆਪਾਂ ਨੇ ਉਸ ਤਰੀਕੇ ਨਾਲ ਅੰਗੂਠੇ ਨਾਲ ਚੱਕ ਲੈਣਾ ਹੈ ਲੜ ਨੂੰ, ਅਤੇ ਫਿਰ ਉਸ ਤੋਂ ਬਾਅਦ ਉਂਗਲਾਂ ਨਾਲ ਅੰਦਰ ਵੱਲ ਫੋਲਡ ਕਰਨਾ ਹੈ, ਫਿਰ ਪਿੱਛੇ ਵੱਲ ਨੂੰ ਵੀ ਫੋਲਡ ਕਰ ਲਓ। ਪਿੱਛੇ ਵੱਲ ਨੂੰ ਲੜ ਫੋਲਡ ਕਰਨ ਨਾਲ ਇਹ ਹੋਵੇਗਾ ਕਿ ਜਿਹੜੀ ਤੁਹਾਡੀ ਪੱਗ ਦੀ ਸ਼ੇਪ ਹੈ ਇੱਕੋ ਸਾਰ ਦੀ ਆਊਗੀ। ਹੁਣ ਤੁਸੀਂ ਜੜ ਵਿੱਚ ਲੜ ਨੂੰ ਨਾਲ ਦੇ ਨਾਲ ਅੰਦਰ ਕਰ ਸਕਦੇ ਹੋ, ਇਸ ਨਾਲ ਜਿਹੜੀ ਬਾਅਦ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ, ਤੁਹਾਡੇ ਲੜ ਜਿਹੜੇ ਆ ਇੱਕੋ ਹੀ ਪੋਜੀਸ਼ਨ ਵਿੱਚ ਰਹਿਣਗੇ। ਕਈ ਵੀਰ ਕਹਿੰਦੇ ਨੇ ਕਿ ਸਾਡੇ ਜਿਹੜੇ ਲੜ ਨੇ ਉਹ ਜਿਹੜੇ ਲੜ ਸਾਡੇ ਜਿਹੜੇ ਜੜ 'ਚੋਂ ਥੱਲੇ ਵੱਲ ਨੂੰ ਆਏ ਦੇ ਹਨ ਜਾਂ ਉੱਪਰ ਚੜ ਜਾਂਦੇ ਹਨ, ਬਿਲਕੁਲ ਸਹੀ ਪੋਜੀਸ਼ਨ ਵਿੱਚ ਨਹੀਂ ਆਉਂਦੇ। ਹੁਣ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੁਹਾਨੂੰ ਉਹੀ ਤਰੀਕਾ ਜਿਹੜਾ ਦਿਖਾਇਆ ਜਾ ਰਿਹਾ ਹੈ।
6 ਲੜਬੜੇ ਪੈ ਚੁੱਕੇ ਨੇ, ਹੁਣ ਬਾਅਦ ਦੀ ਮਦਦ ਨਾਲ ਤੁਸੀਂ ਇਹਨਾਂ ਨੂੰ ਸਾਫ਼ ਕਰ ਸਕਦੇ ਹੋ। ਬਾਕੀ ਵੀਰੇ ਜੇ ਕੋਈ ਵੀ ਤੁਹਾਨੂੰ ਕਮੀ ਪੇਸ਼ੀ ਹੋਵੇ, ਜੇ ਕੁਝ ਵੀ ਤੁਹਾਨੂੰ ਸਮਝ ਨਾ ਲੱਗਾ ਹੋਵੇ, ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਸਿੰਪਲੀ ਕਮੈਂਟ ਕਰ ਸਕਦੇ ਹੋ। ਜੇ ਫਿਰ ਵੀ ਤੁਹਾਨੂੰ ਕੁਝ ਖਾਸ ਮੇਰਾ ਰਿਪਲਾਈ ਨਾ ਮਿਲਿਆ ਹੋਵੇ ਤਾਂ ਤੁਸੀਂ ਸਾਨੂੰ ਵਟਸਐਪ ਤੋਂ ਕੰਟੈਕਟ ਕਰ ਸਕਦੇ ਹੋ। ਉਮੀਦ ਹੈ ਅਸੀਂ ਜਿਹੜੀ ਤੁਹਾਨੂੰ ਜਿਹੜੀ ਤੁਹਾਡੀ ਗਲਤੀ ਹੈ ਜਾਂ ਕੋਈ ਵੀ ਤੁਹਾਡੀ ਮਿਸਟੇਕਸ ਹੈ ਉਹ ਅਸੀਂ ਜ਼ਰੂਰ ਸੁਧਾਰਾਂਗੇ। ਬਾਅਦ ਦੀ ਮਦਦ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਲੜਨੇ ਜਿਹੜੇ ਕਿੰਨੇ ਗਹਿਰਾਈ 'ਚ ਜਿਹੜੇ ਜਾ ਚੁੱਕੇ ਨੇ, ਜਿਨ੍ਹਾਂ ਦੀ ਪੁਜੀਸ਼ਨ ਬਹੁਤ ਵਧੀਆ ਬਣ ਚੁੱਕੀ ਹੈ। ਆਪਾਂ ਵੀਰੇ ਪਟਿਆਲਾ ਸ਼ਹੀਦ ਪੱਗ ਤਾਂ ਤੁਹਾਨੂੰ ਪਤਾ ਬਣਦੇ ਹੀ ਹੁੰਦੇ ਆ, ਬਟ ਇਹ ਜਿਹੜੀ 10 ਲੜਾਂ ਵਾਲੀ ਪਟਿਆਲਾ ਸ਼ਹੀਦ ਪੱਗ ਹੈ, ਇਹਦੇ ਨਾਲ ਆਪਣੀ ਜਿਹੜੀ ਮਤਲਬ ਫੇਸ ਦੀ ਸ਼ੇਪ ਹੈ ਉਹ ਵੀ ਬਹੁਤ ਜਿਹੜੀ ਸੁੰਦਰਤਾ ਦਿਖਦੀ ਹੈ। ਤੁਸੀਂ ਦੇਖ ਸਕਦੇ ਹੋ ਕੋਈ ਵੀ ਮੇਰੀ ਥੰਬਨੇਲ ਜਾਂ ਕੋਈ ਵੀ ਤੁਸੀਂ ਕਿਸੇ ਦੇ ਵੀ ਪੱਗ ਬੰਨੀ ਦੇਖ ਸਕਦੇ ਹੋ, ਜਿਹੜੀ 10 ਲੜਾਂ ਵਾਲੀ ਪੱਗ ਹੈ ਇਹ ਬਹੁਤ ਹੀ ਜਿਹੜੀ ਵਧੀਆ ਲੱਗਦੀ ਹੈ। ਆਪਾਂ 6 ਲੜਾਂ ਵਾਲੀ ਪੱਗ ਜਿਹੜੀ ਸਿੰਪਲੀ ਪਟਿਆਲਾ ਸ਼ਹੀਦ ਬੰਨਦੇ ਹਾਂ ਉਹ ਵੀ ਪੱਗ ਆਪਣੀ ਥਾਂ 'ਤੇ ਬਹੁਤ ਵਧੀਆ ਹੁੰਦੀ ਹੈ, ਬਟ ਮੇਰੇ ਲਈ ਵੀਰੇ ਜਿਹੜੀ ਮੇਰੀ ਫੇਵਰੇਟ ਪੱਗ ਹੈ ਇਹ ਪੱਗ ਮੇਰੀ ਜਿਹੜੀ ਹੈ ਫੇਵਰੇਟ ਹੈ ਅਤੇ ਇੱਕ ਵੱਡਾ ਵਾਲੀ। ਇਹ ਦੋ ਪੱਗਾਂ ਨੇ ਵੀਰੇ ਜਿਹੜੀਆਂ ਫੇਸ 'ਤੇ ਬਹੁਤ ਹੀ ਸੁੰਦਰਤਾ ਦਿਖਾਉਂਦੀਆਂ ਨੇ, ਇਹਦੇ ਨਾਲ ਆਪਣੀ ਜਿਹੜੀ ਮਤਲਬ ਫੇਸ ਦੇ ਅਕੋਰਡਿੰਗ ਆਪਣੀ ਜਚਦੀ ਆ। ਪਟਿਆਸ਼ੀ ਪੱਗ ਵੀ ਆਪਣੀ ਥਾਂ 'ਤੇ ਵੀਰੇ ਬਹੁਤ ਵਧੀਆ, ਮੈਂ ਨਹੀਂ ਕਹਿਣਾ ਚਾਹੁੰਦਾ ਕਿ ਪਟਿਆਸ਼ੀ ਪੱਗ ਨਾ ਬੰਨੋ। ਮੈਂ ਤੁਹਾਨੂੰ ਵੈਸੇ ਵੀਰੇ ਜੇ ਤੁਸੀਂ ਮੇਰੇ ਅਕੋਰਡਿੰਗ ਚੱਲਣਾ ਹੈ ਤਾਂ ਤੁਸੀਂ ਵੈਸੇ ਇਹ ਪੱਗ ਜਿਹੜੀ ਹੈ ਬਹੁਤ ਵਧੀਆ ਲੱਗੂਗੀ ਤੁਹਾਡੇ ਫੇਸ 'ਤੇ ਜੇ ਤੁਸੀਂ ਬੰਨ ਸਕਦੇ ਹੋ। ਬਾਕੀ ਤੁਸੀਂ ਬੇਸ ਇਸ ਤਰ੍ਹਾਂ ਦਾ ਤਿਆਰ ਕਰੋ ਕਿ ਜਿਹੜੀ ਪੱਗ ਤੁਹਾਡੀ ਹੈ ਮੂੰਹ 'ਤੇ ਜਚੇ, ਕਿ ਜ਼ਿਆਦਾ ਵੱਡੀ ਵੀ ਨਾ ਲੱਗੇ ਵੀਰੇ। ਹੁਣ ਆਪਾਂ ਨੇ ਵੀਰੇ ਜਿਹੜਾ ਆਪਾਂ ਨੇ ਅਗਲਾ ਲੜ ਲਾਉਣਾ ਹੈ, ਇਸ ਵਿੱਚ ਵੀ ਆਪਾਂ ਨੇ ਸਿੰਪਲੀ ਪਹਿਲਾਂ ਥੱਲੇ ਵੱਲ ਨੂੰ ਲੜ ਖਿੱਚਣਾ ਹੈ, ਮੋਟੇ ਵਾਲਾ ਪਾਸਾ ਜਿਹੜਾ ਉੱਪਰ ਨੂੰ ਕਰ ਦੇਣਾ ਹੈ ਅਤੇ ਜਿਹੜਾ ਪਤਲਾ ਵਾਲਾ ਪਾਸਾ ਨੀਚੇ ਨੂੰ ਕਰਦੇ ਜਾਣਾ ਹੈ। ਉਸ ਤੋਂ ਬਾਅਦ ਸਿੰਪਲੀ ਜਿਹੜੇ ਗੱਬੋ ਨਹੀਂ ਫੜ ਕੇ ਇਹਨੂੰ ਜਿਹੜੇ ਆ ਦੋ ਲੜ ਬਣਾਉਣੇ ਨੇ। ਇਹ ਵੀਰੇ ਬਹੁਤ ਹੀ ਸੌਖਾ ਹੈ ਜਿਹੜਾ ਤਰੀਕਾ ਦੋ ਲੜ ਬਣਾਉਣ ਦਾ, ਤੁਸੀਂ ਦੇਖ ਸਕਦੇ ਹੋ ਇਸ ਵਿੱਚ ਅਸੀਂ ਬਹੁਤ ਹੀ ਗਹਿਰਾਈ ਵਿੱਚ ਜਿਹੜੇ ਲੜ ਪਾ ਰਹੇ ਹਾਂ ਅਤੇ ਪੱਗ ਦੀ ਸ਼ੇਪ ਵੀ ਬਹੁਤ ਹੀ ਸੁੰਦਰ ਦਿਖ ਰਹੀ ਹੈ। ਹੁਣ ਇਸ ਤਰ੍ਹਾਂ ਆਪਾਂ ਨੇ ਜਿਵੇਂ ਲੜ ਨੂੰ ਗੱਬੋ ਦੀ ਫੜ ਕੇ ਅੰਗੂਠੇ ਨਾਲ ਚੱਕ ਲੈਣਾ ਹੈ ਅਤੇ ਉਂਗਲੀਆਂ ਨਾਲ ਜੜ 'ਚ ਕਰਦੇ ਰਹਿਣਾ ਹੈ ਅਤੇ ਪਿੱਛੇ ਵੱਲ ਨੂੰ ਜਿਹੜਾ ਲੜ ਨੂੰ ਫੋਲਡ ਕਰਦੇ ਰਹਿਣਾ ਹੈ ਅਤੇ ਫਿਰ ਥੱਲੇ ਵੱਲ ਨੂੰ ਖਿੱਚਣਾ ਹੈ, ਉਸਨੂੰ ਸਿੰਪਲੀ ਜਿਹੜਾ ਹਲਕਾ ਹਲਕਾ ਕਰਕੇ ਲਗਾਉਣਾ ਹੈ ਪਿੱਛੇ ਵੱਲ ਨੂੰ ਫੋਲਡ ਕਰਦੇ ਹੋਇਆ। ਪਹਿਲਾਂ ਤੁਸੀਂ ਸਿੰਪਲੀ ਲੜ ਜਿਹੜਾ ਜਗ੍ਹਾ ਲਗਾ ਸਕਦੇ ਹੋ, ਉਸ ਤੋਂ ਬਾਅਦ ਜਿਹੜੀ ਬਾਅਦ ਦੀ ਮਦਦ ਲੈ ਸਕਦੇ ਹੋ। ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਜਮੀ ਨਾਲ ਕਰਕੇ ਲੜ ਲਗਾ ਦਿੱਤਾ, ਹੁਣ ਤੁਸੀਂ ਬਾਅਦ ਦੀ ਮਦਦ ਵੀ ਲੈ ਸਕਦੇ ਹੋ। ਇਸ ਵਿੱਚ ਵੀਰੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਆਪਾਂ ਕੋਈ ਵੀ ਬੇਸ ਜਿਹੜਾ ਨਹੀਂ ਟਰਾਈ ਕੀਤਾ, ਸਿਰਫ ਆਪਾਂ ਨੇ ਜਿਹੜਾ ਕੱਪੜਾ ਸਟੇਟ ਕਰਨ ਲਈ ਬੰਨਿਆ ਹੈ ਉਸਦੇ ਉੱਪਰ 50 ਬੰਨੀ ਹੈ, ਸਿਰਫ ਜਿਹੜੇ ਆਪਣੇ ਕੇਸ ਨੇ ਵੀਰੇ ਥੱਲੇ ਸਿੰਪਲੀ ਗੋਲ ਰਾਊਂਡ ਕੀਤੇ ਹੋਏ ਨੇ ਜਿਵੇਂ ਆਪਾਂ ਵਟਾਂ ਵਾਲੇ ਪਰਨੇ 'ਚ ਕਰਦੇ ਹਾਂ, ਉਸ ਤਰੀਕੇ ਨਾਲ ਜਿਹੜਾ ਇਸਦਾ ਵੀ ਬੇਸ ਤਿਆਰ ਕੀਤਾ ਗਿਆ ਹੈ। ਹੁਣ ਆਪਾਂ ਨੇ ਬਾਜ ਨਾਲ ਜਿਹੜੇ ਦੇਖ ਲਓ ਤੁਸੀਂ ਲੜ ਨਾਲ ਦੇ ਨਾਲ ਚੱਕਣੇ ਆ ਉੱਪਰ ਨੂੰ, ਪਹਿਲਾਂ ਆਪਾਂ ਨੇ ਲੜਾਂ ਨੂੰ ਨਾਲ ਦੇ ਨਾਲ ਲਗਾਇਆ ਸੀਗਾ ਅਤੇ ਇੱਦਾਂ ਲੱਗਦਾ ਸੀ ਕਿ ਪੱਗ ਲਈ ਜਿਹੜੀ ਹੈ ਲੜਾਂ ਦੀ ਪੋਜੀਸ਼ਨ ਖਰਾਬ ਹੋ ਚੁੱਕੀ ਹੈ, ਬਟ ਤੁਸੀਂ ਹੁਣ ਦੇਖ ਸਕਦੇ ਆਪਾਂ ਬਾਜ ਦੀ ਮਦਦ ਨਾਲ ਫਿਰ ਸੈੱਟ ਕਰਕੇ ਦਿਖਾਤਾ ਹੈ। ਆਪਣੀ ਪੱਗ ਵਿੱਚ ਵੀਰੇ ਬਾਜ ਦਾ ਬਹੁਤ ਹੀ ਜ਼ਿਆਦਾ ਜਿਹੜਾ ਮਹੱਤਤਾ ਹੈ, ਕਿਉਂਕਿ ਜੇ ਆਪਾਂ ਬਾਜ ਦੀ ਵਰਤੋਂ ਨਹੀਂ ਕਰਦੇ ਤਾਂ ਆਪਣੇ ਜਿਹੜੇ ਲੜ ਹੈ ਉਹ ਵਧੀਆ ਨਹੀਂ ਬਣਦੇ। ਇਹ ਪੱਗ ਵਿੱਚ ਜਿਹੜਾ ਆਪਣਾ ਬਾਜ ਬਹੁਤ ਹੀ ਖਾਸ ਹੈ। ਕਈ ਵੀਰਾਂ ਦੇ ਕਮੈਂਟ ਇਹ ਵੀ ਆ ਰਹੇ ਨੇ ਕਿ ਤਰਸੇਮ ਜੱਸੜ ਵਾਲੀ ਪੱਗ ਦੀ ਵੀਡੀਓ ਲੈ ਕੇ ਆਓ, ਤੁਸੀਂ ਹੁਣ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅਗਲੀ ਵੀਡੀਓ ਜਿਹੜੀ ਕਿਹੜੇ ਟੋਪਿਕ 'ਤੇ ਲੈ ਕੇ ਆਈਏ। ਜੇ ਤੁਸੀਂ ਕਹੋਗੇ ਕਿ ਵਟਾਂ ਵਾਲੀ ਪੱਗ ਦੇ ਬਰੀਫਲੀ ਐਕਸਪਲੇਨ ਕਰਕੇ ਦੱਸੋ, ਅਸੀਂ ਉਹ ਵੀ ਲੈ ਕੇ ਆ ਸਕਦੇ ਹਾਂ। ਬਾਕੀ ਇੱਕ ਆਪਾਂ ਵੀਡੀਓ ਵੀਰੇ ਅਪਲੋਡ ਕਰਾਂਗੇ ਤਰਸੇਮ ਜੱਸੜ ਵੀਰੇ ਵਰਗੀ ਪੱਗ ਦੀ, ਟਾਈਮ ਲੱਗ ਸਕਦਾ ਬਟ ਤੁਹਾਨੂੰ ਵਧੀਆ ਜਿਹੜੀ ਚੀਜ਼ ਦੇਖਣ ਨੂੰ ਮਿਲੂਗੀ ਉਸ ਵਿੱਚ। ਤੁਸੀਂ ਦੇਖ ਸਕਦੇ ਆਪਾਂ ਨੇ ਜਿਹੜਾ ਹਲਕਾ ਹਲਕਾ ਹੱਥ ਫੇਰ ਕੇ ਜਿਹੜਾ ਲੜਾਂ ਨੂੰ 3D ਕਰ ਦਿੱਤਾ ਹੈ। ਹੁਣ ਇਹ ਆਪਣਾ ਵੀਰੇ ਜਿਹੜਾ ਚੌਥਾ ਲੜ ਹੈ, ਉੱਪਰਲੇ ਲੜਾਂ 'ਚ ਚੌਥਾ ਲੜ ਹੈ, ਇੱਧਰੋਂ ਲੜਾਂ ਵੱਲੋਂ ਪੰਜਵਾਂ ਲੜ ਹੈ। ਇਹ ਆਪਾਂ ਨੇ ਇਸ ਵਿੱਚ ਜਿਹੜੇ ਦੋ ਲੜ ਨਹੀਂ ਬਣਾਉਣੇ ਵੀਰੇ, ਕਿਉਂਕਿ 10 ਲੜਾਂ ਵਾਲੀ ਪੱਗ ਬਣ ਰਹੀ ਹੈ, ਤੁਸੀਂ 11 ਲੜ ਵੀ ਪਾ ਸਕਦੇ ਹੋ ਬਟ ਮੇਰੇ ਅਕੋਰਡਿੰਗ ਜਿਹੜੇ 10 ਲੜ ਨੇ ਉਹ ਜ਼ਿਆਦਾ ਬੈਟਰ ਲੱਗਦੇ ਨੇ। 10 ਲੜਾਂ ਵਾਲੀ ਪੱਗ ਜਿਹੜੀ ਹੈ ਵਧੀਆ ਸ਼ੇਪ ਬਣ ਜਾਂਦੀ ਹੈ ਇਸਦੀ, 11 ਲੜਾਂ ਵਾਲੀ ਪੱਗ ਜਿਹੜੀ ਸਿਰ ਤੋਂ ਜ਼ਿਆਦਾ ਉੱਪਰ ਚਲ ਜਾਂਦੀ ਹੈ, ਇਸ ਲਈ ਮੈਂ ਨਹੀਂ ਬੰਨਦਾ। ਬਾਕੀ ਤੁਸੀਂ ਆਪਣੇ ਫੇਸ ਅਕੋਰਡਿੰਗ ਕਰ ਸਕਦੇ ਹੋ, 11 ਲੜਾਂ ਵੀ ਬਣ ਸਕਦੇ ਹੋ। ਵੈਸੇ 10 ਲੜਾਂ ਵਾਲੀ ਪੱਗ ਜਿਹੜੀ ਨੈਚੁਰਲ ਹੁੰਦੀ ਆ। ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਜਿਹੜਾ ਲੜ ਉੱਪਰ ਵੱਲ ਨੂੰ ਫੋਲਡ ਕਰਦੇ ਰਹਿਣਾ ਹੈ ਅਤੇ ਨਾਲ ਹੀ ਜਿਹੜਾ ਥੱਲੇ ਵੱਲ ਨੂੰ ਵੀ ਖਿੱਚਦੇ ਰਹਿਣਾ ਹੈ ਅਤੇ ਹਲਕਾ ਹਲਕਾ ਹੱਥ ਫੇਰਨਾ ਹੈ ਉਸ 'ਤੇ ਪਹਿਲਾਂ, ਅਤੇ ਲੜ ਨੂੰ ਅੰਗੂਠੇ ਨਾਲ ਜੜੋਂ ਚੱਕ ਕੇ ਪਹਿਲਾਂ ਥੱਲੇ ਵੱਲ ਨੂੰ ਖਿੱਚਣਾ ਹੈ। ਉਸ ਤੋਂ ਬਾਅਦ ਆਪਾਂ ਨੇ ਪਹਿਲਾਂ ਹਲਕਾ ਹਲਕਾ ਲੜ ਜਿਹੜਾ ਹੈ ਅੰਗੂਠੇ ਦੀ ਮਦਦ ਨਾਲ ਉੱਪਰ ਨੂੰ ਚੱਕਣਾ ਹੈ।
ਹੁਣ ਤੁਸੀਂ ਦੇਖ ਸਕਦੇ ਹੋ ਅੰਗੂਠੇ ਦੀ ਮਦਦ ਨਾਲ ਆਪਾਂ ਨੇ ਉੱਪਰ ਨੂੰ ਚੱਕ ਕੇ ਜਮ੍ਹਾਂ ਹੀ ਸੈੱਟ ਕਰ ਲਿਆ। ਉਸ ਤੋਂ ਬਾਅਦ ਪਿੱਛੇ ਵੱਲ ਨੂੰ ਫੋਲਡ ਕਰਨਾ ਹੈ। ਪਿੱਛੇ ਵੱਲ ਨੂੰ ਫੋਲਡ ਕਰਨ ਨਾਲ ਤੁਹਾਡੀ ਜਿਹੜੀ ਪੱਗ ਦੀ ਸ਼ੇਪ ਹੈ ਬਿਲਕੁਲ ਜਿਹੜੀ ਹੈ ਕਰੈਕਟ ਆਊਗੀ। ਜੇਕਰ ਤੁਸੀਂ ਲੜਨ ਨੂੰ ਜਿਹੜਾ ਪਿੱਛੇ ਫੋਲਡ ਨਹੀਂ ਕਰੋਗੇ ਤਾਂ ਤੁਹਾਡੀ ਪੱਗ ਦੀ ਜਿਹੜੀ ਸ਼ੇਪ ਹੈ ਉਹ ਖੜਵੀਂ ਨਹੀਂ ਆਊਗੀ। ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਲੜ ਜਿਹੜਾ ਨਾਲ ਦੇ ਨਾਲ ਫੋਲਡ ਕਰਦੇ ਰਹੇ ਹਾਂ ਅਤੇ ਜਿਹੜੀ ਆਪਣੀ ਪੱਗ ਦੀ ਜਿਹੜੀ ਸ਼ੇਪ ਹੈ ਉਹ ਵੀ ਵਧੀਆ ਆ ਰਹੀ ਹੈ ਅਤੇ ਲੜ ਵੀ ਜਿਹੜੇ ਆਪਣੇ ਵਧੀਆ ਲੱਗ ਰਹੇ ਨੇ। ਜਿਹੜਾ ਆਪਣਾ ਪਿੱਛੋਂ ਕੱਪੜਾ ਬਚਦਾ ਹੱਥ ਨਾਲ ਤੁਸੀਂ ਅੰਦਰ ਵੱਲ ਨੂੰ ਵੀ ਕੱਢ ਸਕਦੇ ਹੋ। ਇਸ ਨਾਲ ਕੀ ਹੋਵੇਗਾ, ਜਿਹੜਾ ਤੁਹਾਡੇ ਪੱਗ ਦੇ ਥੱਲੇ ਬੇਸ ਨਹੀਂ ਤਿਆਰ ਕੀਤਾ ਹੋਇਆ ਉਹ ਤੁਹਾਡੀ ਬੇਸ ਦੀ ਮਦਦ ਲੈ ਲਵੇਗਾ। ਬਾਕੀ ਵੀ ਜਿਹੜੀ ਅਸੀਂ ਇੱਕ ਪਹਿਲਾਂ ਵੀਡੀਓ ਅਪਲੋਡ ਕਰੀ ਸੀ ਬਟਾਂ ਵਾਲੀ ਪੱਗ ਦੀ ਜਿਸ 'ਚ ਆਪਾਂ ਮਿਸਟੇਕਸ ਦੱਸੀਆਂ ਸੀ, ਉਹ ਵੀਡੀਓ ਨੂੰ ਬਹੁਤ ਹੀ ਵਧੀਆ ਰਿਵਿਊ ਦੇਖਣ ਨੂੰ ਮਿਲ ਰਿਹਾ ਤੁਹਾਡੀ ਕਿਰਪਾ ਨਾਲ। ਹੁਣ ਤੁਸੀਂ ਬਾਜ ਦੀ ਮਦਦ ਨਾਲ ਜਿਹੜਾ ਲੜ ਸੈੱਟ ਕਰ ਸਕਦੇ ਹੋ। ਇਹ ਲੜ ਵਿੱਚ ਆਪਾਂ ਜਿਹੜਾ ਸਟਾਰਟਿੰਗ ਤੋਂ ਵੀ ਬਾਜ ਸਟਾਰਟ ਕਰ ਸਕਦੇ ਹਾਂ। ਬਾਕੀ ਪਿੱਛੇ ਵਾਲੇ ਲੜਾਂ ਨੂੰ ਦੇਖ ਲਓ ਜਿਵੇਂ ਕਿਵੇਂ ਆਪਾਂ ਲੜ ਬਾਜ ਮਾਰਨਾ ਹੈ। ਆਪਣੀ ਪੱਗ ਹੈ ਜਿਹੜੀ ਵੀਰੇ ਤਕਰੀਬਨ ਕੰਪਲੀਟ ਹੋ ਚੁੱਕੀ ਆ, ਦੋ ਲੜਾਂ ਦੀ ਕਮੀ ਪੇਸ਼ੀ ਰਹਿ ਗਈ ਹੈ। ਬਾਜ ਦੀ ਮਦਦ ਨਾਲ ਜਿਹੜੇ ਤੁਸੀਂ ਲੜਨੇ ਗਹਿਰਾਈ ਵਿੱਚ ਜਿਹੜੇ ਪਾ ਸਕਦੇ ਹੋ। ਹੁਣ ਆਪਾਂ ਨੇ ਜਿਹੜਾ ਇਹ ਛੇਵਾਂ ਲੜ ਲਾਉਣਾ ਹੈ, ਮਤਲਬ ਆਖਰੀ ਲੜ, ਦਸਵਾਂ ਲੜ। ਇਹ ਲੜ ਵੀ ਆਪਾਂ ਜਿਹੜਾ ਸਿੰਪਲ ਲੜ ਹੈ। ਇਹ ਲੜ ਨਾਲ ਜਿਹੜੀ ਤੁਹਾਡੀ ਜਿਹੜੀ ਸ਼ੇਪ ਹੈ ਪੱਗ ਦੀ ਬਿਲਕੁਲ ਜਿਹੜੀ ਆ ਵਧੀਆ ਬਣ ਜਾਊਗੀ। ਪਹਿਲਾਂ ਸਿੰਪਲੀ ਆਪਾਂ ਜਿਹੜਾ ਲੜ ਕ੍ਰੀਏਟ ਕਰਨਾ ਹੈ, ਮੋਟੇ ਵਾਲਾ ਪਾਸਾ ਉੱਪਰ ਵੱਲ ਨੂੰ ਕਰਕੇ ਥੱਲੇ ਜਿਹੜਾ ਪਤਲਾ ਪਾਸਾ ਕਰ ਦੇਣਾ ਹੈ। ਨਾਲ ਦੇ ਨਾਲ ਜਿਹੜਾ ਲੜ ਨੂੰ ਅੰਦਰ ਵੱਲ ਨੂੰ ਫੋਲਡ ਕਰਦੇ ਰਹਿਣਾ ਹੈ। ਹੁਣ ਜਿਹੜੀ ਆਪਣੀ ਪੱਗ ਦੀ ਜਿਹੜੀ ਹੈ ਉੱਪਰ ਦੀ ਡੱਬੀ ਹੈ ਗੱਬੋਂ ਦੀ, ਉਹ ਜਿਹੜੀ ਆਪਾਂ ਨੇ ਸਾਫ਼ ਕਰ ਲੈਣੀ ਹੈ। ਅੰਗੂਠੇ ਦੀ ਮਦਦ ਨਾਲ ਇਹ ਵੀ ਲੜ ਉਸ ਤਰੀਕੇ ਨਾਲ ਲਾਉਣਾ ਹੈ। ਉੱਪਰ ਦੀਆਂ ਚਾਰ ਉਂਗਲਾਂ ਜਿਹੜੀਆਂ ਪਿੱਛੇ ਵੱਲ ਨੂੰ ਫੋਲਡ ਕਰਦੀਆਂ ਜਾਣਗੀਆਂ ਲੜ ਨੂੰ। ਬਾਕੀ ਵੀਰੇ ਜਿਹੜੀ ਆਪਣੀ ਵੀਡੀਓ ਅੱਜ ਦੀ ਇਹ ਜਿਹੜੀ, ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਤੁਹਾਨੂੰ ਵੀਡੀਓ ਵਿੱਚ ਕੁਝ ਵੀ ਵਧੀਆ ਲੱਗੇ ਤਾਂ ਸਾਡੀ ਜਿਹੜੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਹੋ ਸਕੇ ਤਾਂ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹੁਣ ਲੜ ਨੂੰ ਜਿਹੜਾ ਪਿੱਛੇ ਵੱਲ ਨੂੰ ਪਹਿਲਾਂ ਫੋਲਡ ਕਰ ਲੈਣਾ ਹੈ। ਹੁਣ ਜਿਹੜਾ ਆਹ ਵਾਲਾ ਲੜ ਆਪਣਾ ਬਚਦਾ ਹੈ, ਕਲਗੀ ਵਾਲਾ ਲੜ, ਆਪਾਂ ਨੇ ਫਿਲਹਾਲ ਮੂੰਹ ਵਿੱਚ ਰੱਖ ਲੈਣਾ ਅਤੇ ਪਹਿਲਾਂ ਹੱਥਾਂ ਦੀ ਪੋਜੀਸ਼ਨ ਨਾਲ ਉਸਨੂੰ ਜਿਹੜੀ ਸ਼ੇਪ ਬਣਾ ਲੈਣੀ ਹੈ ਪੱਗ ਦੀ। ਬਾਅਦ ਵਿੱਚ ਆਪਾਂ ਨੇ ਬਾਜ ਫੇਰਨਾ ਹੈ। ਹੁਣ ਤੁਸੀਂ ਬਾਜ ਦੀ ਜਿਹੜੀ ਮਦਦ ਲੈ ਸਕਦੇ ਹੋ। ਜਿਹੜਾ ਆਪਣਾ ਛੇਵਾਂ ਲੜ ਹੈ ਹੁਣ ਇਸ ਵਿੱਚ ਬਾਜ ਫੇਰ ਸਕਦੇ ਹੋ। ਆਪਣੀ ਪੱਗ ਜਿਹੜੀ ਹੈ ਤਕਰੀਬਨ ਕੰਪਲੀਟ ਹੋ ਚੁੱਕੀ ਹੈ। ਹੁਣ ਜਿਹੜਾ ਆਪਾਂ ਨੇ ਲੜ ਲਾਉਣਾ ਹੈ ਕਲਗੀ ਵਾਲਾ ਲੜ, ਉਸ 'ਤੇ ਜਿਹੜਾ ਤੁਸੀਂ ਖਾਸ ਧਿਆਨ ਦੇਣਾ ਹੈ। ਕਈ ਵੀ ਜਿਹੜੇ ਅਸੀਂ ਐਵੇਂ ਲਗਾ ਦਿੰਦੇ ਨੇ ਅਤੇ ਜਿਹੜੀ ਆਪਣੀ ਪੱਗ ਦੀ ਸ਼ੇਪ ਹੁੰਦੀ ਹੈ ਉਹ ਕਰੈਕਟ ਨਹੀਂ ਰਹਿੰਦੀ ਅਤੇ ਉਹ ਵਿਗੜ ਜਾਂਦੀ ਹੈ। ਬਾਕੀ ਵੀਰੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਚੀਜ਼ ਦੇ ਰਿਗਾਰਡਿੰਗ, ਤੁਸੀਂ ਸਾਨੂੰ ਕਮੈਂਟ ਬੋਕਸ ਵਿੱਚ ਜਿਹੜੀ ਹੈ ਦੱਸ ਸਕਦੇ ਹੋ, ਅਸੀਂ ਜਿਹੜੀ ਅਗਲੀ ਵੀਡੀਓ ਵਿੱਚ ਸੁਧਾਰ ਲਵਾਂਗੇ। ਹੁਣ ਸਿੰਪਲੀ ਆਪਾਂ ਨੇ ਲੜਾਂ ਨੂੰ ਜਿਹੜਾ 3D ਕਰਦੇ ਜਾਣਾ ਹੈ। ਛੇਵੇਂ ਲੜ ਤੋਂ ਜਿਹੜਾ ਆਪਾਂ ਸਟਾਰਟ ਕਰਾਂਗੇ। ਹੁਣ ਆਪਾਂ ਨੇ ਜਿਹੜਾ ਵੀਰੇ ਕਲਗੀ ਵਾਲਾ ਲੜ ਹੈ ਇਹ ਲਗਾਉਣਾ ਹੈ। ਆਪਾਂ ਨੇ ਇਹ ਲੜ ਜਿਹੜਾ ਠੀਕ ਤਰੀਕੇ ਨਾਲ ਬਣਾਉਣਾ ਹੈ। ਫਿਲਹਾਲ ਤੁਸੀਂ ਜਿਹੜੇ ਲੜਨੇ ਉਹਨਾਂ ਨੂੰ 3D ਵੀ ਕਰ ਸਕਦੇ ਹੋ। ਆਪਾਂ ਪਹਿਲਾਂ ਜਿਹੜੇ ਹੈ ਲੜ 3D ਕਰਾਂਗੇ ਕਿਉਂਕਿ ਬਾਅਦ ਵਿੱਚ ਜਿਹੜੇ ਉਹ ਗਹਿਰਾਈ ਵਿੱਚ ਨਹੀਂ ਜਾਂਦੇ। ਆਪਣੀ ਪੱਗ ਹੈ ਵੀਰੇ ਜਿਹੜੀ 10 ਲੜਾਂ ਵਾਲੀ, ਤੁਸੀਂ ਸ਼ੇਪ ਦੇਖ ਸਕਦੇ ਹੋ ਬਿਲਕੁਲ ਵਧੀਆ ਸ਼ੇਪ ਨਾਲ ਤਿਆਰ ਹੋ ਚੁੱਕੀ ਹੈ। ਹੁਣ ਤੁਸੀਂ ਸਿੰਪਲੀ ਲੜਾਂ ਨੂੰ ਜਿਹੜਾ ਹੱਥਾਂ ਦੀ ਮਦਦ ਨਾਲ 3D ਕਰਨਾ ਹੈ। ਤੁਸੀਂ ਇੱਥੇ ਪਾਣੀ ਵੀ ਲਗਾ ਸਕਦੇ ਹੋ, ਪਾਣੀ ਲਗਾਉਣ ਨਾਲ ਤੁਹਾਡੇ ਜਿਹੜੇ ਲੜ ਨੇ ਬਿਲਕੁਲ ਕੰਡੇ ਵਾਲੀ ਸ਼ੇਪ ਵਿੱਚ ਤਿੱਖੇ ਹੋ ਜਾਣਗੇ, ਬਟ ਮੈਂ ਸਿੰਪਲ ਹੀ ਕਰਾਂਗਾ। ਤੁਸੀਂ ਦੇਖ ਸਕਦੇ ਹੋ 3D ਕਰਨ ਨਾਲ ਜਿਹੜੀ ਪੱਗ ਹੈ ਆਪਣੀ ਹੋਰ ਸੋਹਣੀ ਲੱਗਣ ਲੱਗ ਗਈ ਆ। ਬਾਕੀ ਕਈ ਵਾਰ ਇੱਦਾਂ ਕਰਦੇ ਨੇ ਕਿ ਜਿਹੜਾ ਲੜ ਜ਼ਿਆਦਾ 3D ਹੁੰਦਾ ਉਹਨੂੰ ਜ਼ਿਆਦਾ ਕਰ ਦਿੰਦੇ ਹਨ ਅਤੇ ਕਈ ਲੜ ਜਿਹੜੇ ਘੱਟ ਹੁੰਦੇ ਹਨ ਉਸ ਨੂੰ ਘੱਟ ਕਰ ਦਿੰਦੇ ਹਨ, ਅਤੇ ਉਹ ਜਿਹੜੇ ਲੜ ਹਨ ਕੋਈ ਛੋਟਾ ਲੱਗਦਾ ਅਤੇ ਕੋਈ ਵੱਡਾ ਲੱਗਦਾ ਹੈ। ਆਪਾਂ ਨੇ ਇਹ ਗੱਲ
ਖਾਸ ਧਿਆਨ ਰੱਖਣ ਵਿੱਚ ਖਾਸ ਧਿਆਨ ਵਿੱਚ ਰੱਖਣੀ ਆ ਕਿ ਜਿਹੜਾ ਲੜ ਆਪਣਾ ਪਤਲਾ ਹੈ ਉਸਨੂੰ ਆਪਾਂ ਨੇ ਜ਼ਿਆਦਾ ਮੋਟਾ ਕਰਨਾ ਹੈ, ਜਿਹੜਾ ਮੋਟਾ ਲੜ ਹੈ ਉਸਨੂੰ ਘੱਟ ਪਤਲਾ ਕਰਨਾ ਹੈ। ਇੱਦਾਂ ਕੀ ਹੋਵੇਗਾ ਕਿ ਜਿਹੜੇ ਤੁਸੀਂ ਲੜਨੇ ਹੋ ਐਂ ਲੱਗਣਗੇ ਕਿ ਬਿਲਕੁਲ ਪੁਜੀਸ਼ਨ ਵਿੱਚ ਪਾਏ ਹੋਏ ਨੇ। ਹੁਣ ਆਪਾਂ ਨੇ ਕਲਗੀ ਲੜ ਜਿਹੜਾ ਪਿੱਛੇ ਵੱਲ ਨੂੰ ਪਹਿਲਾਂ ਬਣਾਉਣਾ ਹੈ, ਥੱਲੇ ਵੱਲ ਨੂੰ ਨੀਚੇ ਵੱਲ ਨੂੰ ਫੋਲਡ ਕਰਕੇ। ਹੁਣ ਤੁਸੀਂ ਦੇਖ ਸਕਦੇ ਇੱਕ ਉਂਗਲ ਦਾ ਗੈਪ ਦੇ ਕੇ ਪਹਿਲਾਂ ਉੱਥੇ ਪਿੱਛੋਂ ਦੀ ਅਤੇ ਥੱਲੋਂ ਦੀ ਜਿਹੜਾ ਚਾਰ ਉਂਗਲਾਂ ਦਾ ਗੈਪ ਦੇਣਾ ਹੈ। ਕਲਗੀ ਲੜ ਲਾਉਣ ਦਾ ਵੀਰੇ ਇਹ ਜਿਹੜਾ ਬਹੁਤ ਹੀ ਵਧੀਆ ਤਰੀਕਾ ਦੱਸਿਆ ਗਿਆ। ਪਹਿਲਾਂ ਹੁਣ ਆਪਾਂ ਨੇ ਲੜ ਨੂੰ ਜਿਹੜਾ ਸਾਫ਼ ਕਰਦੇ ਰਹਿਣਾ, ਪਹਿਲਾਂ ਸਿੰਪਲ ਜਿਹੜਾ ਆਪਾਂ ਇੱਕ ਉਂਗਲ ਦੀ ਮਰਨ ਨਾਲ ਜਿਹੜਾ ਪਹਿਲਾਂ ਲੜ ਮੋੜ ਲੈਣਾ ਹੈ, ਬਾਅਦ ਵਿੱਚ ਪੱਗ ਪਿੰਨ ਲਗਾਉਣੀ ਹੈ। ਸਿੰਪਲੀ ਵੱਟ ਕ੍ਰੀਏਟ ਕਰਕੇ ਲੜ ਨੂੰ ਜਿਵੇਂ ਤੁਸੀਂ ਦੇਖ ਸਕਦੇ ਅਸੀਂ ਮੋੜਿਆ ਹੈ, ਹੁਣ ਇਹਦੇ ਵਿੱਚ ਆਪਾਂ ਨੇ ਜਿਹੜੀ ਪੱਗ ਪਿੰਨ ਲਗਾ ਦੇਣੀ ਹੈ। ਇੱਕ ਗੱਲ ਦਾ ਵੀਰੇ ਖਾਸ ਧਿਆਨ ਰੱਖਣਾ ਹੈ ਕਿ ਜਿਹੜੀ ਆਪਾਂ ਪੱਗ ਪਿੰਨ ਹੈ ਇਹ ਲੜ ਮੋੜਨ ਤੋਂ ਬਾਅਦ ਵਿੱਚ ਲਗਾਉਣੀ ਹੈ। ਕਈ ਵੀਰ ਜਿਹੜੇ ਪੱਗ ਪਿੰਨ ਲਗਾ ਕੇ ਲੜ ਨੂੰ ਮੋੜਦੇ ਨੇ ਅਤੇ ਉਹ ਜਿਹੜੇ ਆਪਣਾ ਲੜ ਹੈ ਉਹ ਵਧੀਆ ਨਹੀਂ ਲੱਗਦਾ ਲੱਗਿਆ ਹੋਇਆ। ਆਪਾਂ ਨੇ ਪਹਿਲਾਂ ਲੜ ਮੋੜਨਾ ਹੈ, ਉਸ ਤੋਂ ਬਾਅਦ ਜਿਹੜੀ ਪੱਗ ਪਿੰਨ ਲਗਾਉਣੀ ਹੈ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਵੱਟ ਕ੍ਰੀਏਟ ਕਰ ਸਕਦੇ ਹੋ ਅਤੇ ਜਿਹੜਾ ਆਪਣਾ ਕਲਗੀ ਵਾਲਾ ਲੜ ਹੈ ਉਹ ਲੱਗ ਚੁੱਕਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਲਗੀ ਲੜ ਦੇ ਲੱਗਣ ਤੋਂ ਬਾਅਦ ਆਪਣੀ ਜਿਹੜੀ ਪੱਗ ਦੀ ਸ਼ੇਪ ਹੈ ਬਿਲਕੁਲ ਕਰੈਕਟ ਸ਼ੇਪ ਜਿਹੜੀ ਤਿਆਰ ਹੋ ਚੁੱਕੀ ਹੈ। ਹੁਣ ਤੁਸੀਂ ਉੱਪਰ ਵਾਲੇ ਲੜਾਂ 'ਚ ਜਿਹੜੀ ਪੱਗ ਪਿੰਨ ਲਗਾ ਸਕਦੇ ਹੋ। ਉਮੀਦ ਕਰਦੇ ਹਾਂ ਜਿਹੜੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਅੱਜ ਦੀ ਵੀਡੀਓ ਜੀ ਸਿਰਫ ਇੰਨਾ ਹੀ ਆ। ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਜਿਹੜੀ ਸਾਡੀ ਵੀਡੀਓ ਹੈ ਉਹਨੂੰ ਲਾਈਕ ਜ਼ਰੂਰ ਕਰਿਓ ਅਤੇ ਹੋ ਸਕੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਆਪਣੇ ਯਾਰ ਦੋਸਤ ਕਿਸੇ ਵੀ ਗਰੁੱਪ ਕਿਸੇ ਵੀ ਜਗ੍ਹਾ 'ਤੇ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਅਤੇ ਤੁਸੀਂ ਕਮੈਂਟ ਬੋਕਸ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਹੋਵੇ ਤਾਂ ਸਾਨੂੰ ਪੁੱਛ ਸਕਦੇ ਹੋ। ਬਾਕੀ ਵੀਰੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।